ਮੈਂ ਮੇਰੀ ਮੇਰੀ ਸੀਐਮ ਫੇਸ ਨਾ ਗਲਤ ਨਹੀਂ ਹੋ ਰਹੀ ਕਿ ਹਰਦੀਪ ਸਿੰਘ ਪੁਰੀ ਕਦੀ ਪੰਜਾਬ ਦਾ ਮੁੱਖ ਮੰਤਰੀ ਦਾ ਕਦੀ ਖਾਬ ਹੈ ਜਾਂ ਕਦੀ ਹੈ ਕਿ ਹਰਦੀਪ ਸਿੰਘ ਪੁਰੀ ਦਾ ਜਿਵੇਂ ਤਜਰਬਾ ਹੈ ਜਿਵੇਂ ਤੁਹਾਡਾ ਹਰ ਪਾਸੇ ਪ੍ਰਸ਼ਾਸਨਿਕ ਤੌਰ ਤੇ ਹਰ ਲੈਵਲ ਤੇ ਤੁਹਾਡਾ ਇੱਕ ਤਜਰਬਾ ਤੋਂ ਲੱਗਦਾ ਹੈ ਕਿ ਅਗਰ ਤੁਸੀਂ ਸੀਐਮ ਬੰਦੇ ਹੋ ਤਾਂ ਪੰਜਾਬ ਦਾ ਸੁਧਾਰ ਹੋ ਸਕਦਾ ਨਹੀਂ 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 ਪਹਿਲੀ ਵਾਰ ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਹੁੰਦੀ ਔਰ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ ਮੈਂ ਨਾ ਕਿਸੇ ਚੀਜ਼ ਦਾ ਫੇਸ ਹਾਂ ਮੈਂ ਇੱਕ ਭਾਜਪਾ ਦਾ ਕਾਰਜਕਰਤਾ ਮੇਰਾ ਭਾਜਪਾ ਨਾਲ ਸੰਬੰਧ ਜਿਹੜਾ ਹੈ मेरा फॉरन सर्विस ज्वाइन करने तो पहले hmm. मैं पॉलिटिक्स पॉलिटिक जो एक्टिव एट टू 73 तक hmm. जो, तो जो मैं स्टूडेंट सगा 73 थ्री टू सैवनटी फोर में मैं उस वक्त मेरा विद्यार्थी परिषद संबंध है अज मैं सामने बैठा एज ए बीजेपी कार्यकर्ता hmm. मेरी सिंपल लिमिटेड सबमिशन है कि जब तक लॉ एंड ऑर्डर ਇਹ ਡਰੱਗਸ ਪ੍ਰੋਬਲਮ ਇਹ ਚੀਜ਼ ਨਾਲ ਸੋਲ ਨਹੀਂ ਹੋ ਗਿਆ ਸਟੇਟ ਵਿਲ ਕੀਪ ਗੋਇੰਗ ਡਾਊਨ ਹਿਲ ਲੇਕਿਨ ਕੌਣ ਦੀ ਰਿਸਪੋਨਸਿਬਿਲਿਟੀ ਸਟੇਟ ਨਾਲ ਨਹੀਂ ਪਾਈ ਤੇਰੀ ਵਾਲੇ ਕਹਿੰਦੇ ਕਹਿੰਦੇ ਬਿਹਤਰ ਹੋ ਗਈ 11 ਮਹੀਨਿਆਂ ਚ ਇੰਨੀ ਬਿਹਤਰ ਕਰਤੀ ਕਾਨੂੰਨ ਵਿਵਸਥਾ ਦੀ ਤੇ ਕੇਂਦਰੀਵਾਲ ਜੀ ਨੇ ਪਤਾ ਕਦੋਂ ਕਿਹਾ ਉਹਨਾਂ ਦੇ ਆਪਣੇ ਮੁੱਖ ਮੰਤਰੀ ਕਹਿੰਦੇ ਨੇ ਹਾਂ ਪ੍ਰੋਬਲਮ ਹੈ ਪਰ ਮੈਨੂੰ ਇੱਕ ਸਾਲ ਹੋਰ ਦੋ ਉਹ ਤਾਂ ਮੰਨਦੇ ਨੇ ਕਿ ਇੱਕ ਸਾਲ ਵਿੱਚ ਡਿਟੇਰੀਓਰੇਟ 13 ਮਹੀਨੇ ਜਿਹੜੀ ਆਕਸੀਜਨ ਮਿਲੀ ਸੀ ਉਹ ਪਤਾ ਲੱਗ ਜਾਏਗਾ ਨਾ ਚੋਣਾਂ ਹੁਣ ਚੋਣਾਂ ਦੇ ਅਗਲੇ ਵਾਲੇ ਪਤਾ ਲੱਗ ਜਾਏਗਾ ਕਿਉਂਕਿ ਜਦੋਂ ਤੁਸੀਂ ਕੋਈ जनता के सामने जान दे वो दे, दे हो पांच साल के प्रोग्राम असि अस् साल एक करा हूं जो चुनाव हो रहा है दो हजार चौबी पता लग जाएगा जलंधर लिए बीजेपी का प्लैन की है कि बिल्कुल क्लियर प्न है पहले भी सा मैनीफेस्टोगा बीजेपी एक नैशनल पार्टी है पंजाब की इंपोर्टेंस एज ए सेंसिटिव बॉर्डर स्टेट समझती है पंजाब के एग्रीकल्चर वास्ते की करना है पंजाब बाकी ਜੀ ਨੂੰ ਆਸਤੇ ਕੀ ਕਰਨਾ ਕੈਪੀਟਲ ਪ੍ਰੋਜੈਕਟਸ ਵਾਸਤੇ ਕੀ ਕਰਨਾ ਉਹ ਤੁਸੀਂ ਰੱਖ ਲੋ ਜਿਹੜਾ ਸਾਡਾ ਮੈਨੀਫੈਸਟੋ 2020 ਦੇ ਚੋਣ ਦਾ ਘੋਸ਼ਣਾ ਪੱਤਰ ਉਹਦੇ ਸਾਹਮਣੇ ਲਿਖਿਆ ਹੋਇਆ ਸੀ ਕਿ ਲੇਕਿਨ ਬੀਜੇਪੀ ਬਾਰੇ ਕੀ ਆ ਜਾਂਦਾ ਕਹਿੰਦੇ ਸਾਰੀ ਕਾਂਗਰਸ ਬੀਜੇਪੀ ਵਿੱਚ ਸ਼ਾਮਲ ਹੋ ਗਈ ਕਹਿੰਦੇ ਵਾਸ਼ਿੰਗ ਮਸ਼ੀਨ ਚ ਪਾਇਆ ਸਾਰੇ ਕਲੀਨ ਹੋ ਗਏ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਮਨਪ੍ਰੀਤ ਬਾਦਲ ਹੋਣ ਗੁਲਬੀਰ ਸਿੱਧੂ ਹੋਣ ਰਾਜਕੁਮਾਰ ਵੇਰਕਾ ਹੋਣ ਕਹਿੰਦੇ ਆਪਣੀ ਲੀਡਰਸ਼ਿਪ ਕੋਟਨ ਮਹਿਸੂਸ ਕਰ ਰਹੀ ਹੈ ਜਿਹੜੀ ਪੁਰਾਣੀ ਹੈ ਔਰ ਸਾਰੀ ਸਿਰਫ ਸ਼ਾਮਲ ਕੀਤੀ ਜਾ ਰਹੀ ਹੈ ਦੇਖੋ ਕੋਟਨ ਬੀਜਪੀ ਇੱਕ ਕਾਡਰ ਬੇਸ ਪਾਰਟੀ ਹੈ ਪਹਿਲੀ ਗੱਲ ਤਾਂ ਤੁਸੀਂ ਸਾਡੇ ਸ਼ਾਮਲ ਹੋਗੇ ਅਗਰ ਕੋਈ ਲਾਂਡਰੀ ਕੀ ਕਹਿੰਦੇ ਨੇ ਨਾ ਵਾਸ਼ਿੰਗ ਮਸ਼ੀਨ ਵਾਲੇ ਕੇਸ ਨੇ ਉਹਨਾਂ ਨੂੰ ਆਣਾ ਮੁਸ਼ਕਿਲ ਹੋਏਗਾ ਪਰ ਅਸੀਂ ਅਸੈਸਮੈਂਟ ਕਰਨਾ ਅਗਰ ਉਹ ਵਾਸ਼ਿੰਗ ਮਸ਼ੀਨ ਮਾਰਾ ਜਾ ਡਾਗ ਲੱਗਿਆ ਹੋਇਆ ਹੈ ਤਾਂ ਉਹ ਨੋਰਮਲ ਪ੍ਰੋਸੀਜਰਲ ਕੇਸ ਹੋ ਜਾਵੇ ਸਮਝਣਾ ਪਰ ਕਿਸੇ ਗੰਦਾ ਬੜਾ ਸੀਰੀਅਸ ਕੇਸ ਤੇ ਬੀਜਪੀ ਜਾ ਕੇ ਉਹਨਾਂ ਨੂੰ ਫਾਇਦਾ ਵੀ ਨਹੀਂ ਹੈ ਤਾਂ ਇਹ ਤਾਂ ਭੁੱਲ ਜਾਓ ਕੋਈ ਮਨ ਨੂੰ ਇੱਕ ਨਾਂ ਦੇ ਸਾ ਦਿਓ ਜਿਹੜਾ ਬੀਜਪੀ ਸ਼ਾਮਲ ਹੋਇਆ ਤੇ ਉਹਦੇ ਬਾਅਦ ਵਾਸ਼ਿੰਗ ਮਸ਼ੀਨ ਜਾ ਕੇ ਉਹਦੀ ਜਿਹੜੀ जो भी है महल है यह गलत गल हां हाँ, सही है कांग्रेस तो अकालिया तो बहुत चंगे चंगे लोग आ रहे, वो इसलिए आ रहे क्योंकि वो देखते ने कोई फ्यूचर है यह वैल्यू बेस्ड पार्टी है यह सिद्धांत की पार्टी है दूजा ए कोई परिवारवाद नहीं है कांग्रेस मनु दस दो जो कांग्रेस इतना की होया कौन तय करता मुख्यमंत्री कौन बनेगा हा? ਕਦੀ ਕੋਈ ਹੇਲੇਲੂਇਆ ਲੈ ਆਂਦੇ ਨੇ ਕਦੀ ਕੋਈ ਲੈ ਆਂਦੇ ਨੇ ਕੋਈ ਚੰਗਾ ਵਾਲਾ ਕੰਮ ਕਰ ਰਿਹਾ ਹੈ ਉਹਨੂੰ ਬਾਹਰ ਕਰ ਦਿੰਦੇ ਨੇ ਤੇ ਅਕਾਲੀ ਦਲ ਵਿੱਚ ਵੀ ਹੋਈ ਹੈ ਦੇਖੋ ਅਗਰ ਤੁਸੀਂ ਪੋਲਿਟਿਕਲ ਪਾਵਰ ਨੂੰ ਆਪਣੇ ਖਾਨਦਾਨ ਤੋਂ ਬਾਹਰ ਨਾ ਜਾਣਦੇ ਹੋ ਤੁਸੀਂ ਦੈਨ ਯੂ ਆਰ ਯੂਜ਼ਿੰਗ ਪੀਪਲ ਭਾਜਪਾ ਨੂੰ ਮਨੂ ਦੱਸ ਲੋ ਜਿਹੜੇ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ ਮੈਂ ਤਾਂ ਉਹਨਾਂ ਦਾ ਕੋਈ ਹੋਰ ਰਿਸ਼ਤੇਦਾਰ ਪਾਰਟੀ ਜਾਣਦਾ ਨਹੀਂ ਪਰ ਇਹ ਨਹੀਂ ਕਿ ਇਹਦਾ ਮਤਲਬ ਹੈ ਕਿ ਤੁਸੀਂ ਅਗਰ ਪਾਰਟੀ ਛੋ ਤੇ ਤੁਹਾਡਾ ਕੋਈ ਹੋਰ ਰਿਲੇਟਿਵ ਚੰਗਾ ਚੱਲ ਰਿਹਾ ਤਾਂ ਉਹ ਵੀ ਆ ਸਕਦਾ ਐਸੀ ਗੱਲ ਨਹੀਂ ਹੈ ਪਰ ਪਰਿਵਾਰਵਾਦ ਦਾ ਮਤਲਬ ਜਿਹੜਾ ਡਾਇਨਾਮਿਜ਼ਮ ਹੁੰਦਾ ਕਿ ਕਿਉਂਕਿ ਤੁਸੀਂ ਇੱਕ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਇਸ ਲਈ ਰਾਈਸ ਕਰੋਗੇ ਉਹ ਸਾਡੀ ਪਾਰਟੀ ਨਹੀਂ ਹੁੰਦਾ ਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਦੇਹਾਂਤ ਹੋਇਆ ਪ੍ਰਧਾਨ ਮੰਤਰੀ ਪੁੰਛੇ ਜੇਪੀ ਨੱਡਾ ਅਮੇਸ਼ਾ ਤਰੀਫਾਂ ਦੇ ਤੁਸੀਂ ਤੁਸੀਂ ਤਰੀਫਾਂ ਦੇ ਫੁੱਲ ਬੜੇ ਬੰਨੇ ਕਹਿੰਦੇ ਚਰਚਾ ਚੱਲ ਵੀ ਕਹਿੰਦੇ 24 ਜਾਂ 27 ਤੱਕ ਫੇਰ ਨੋ ਮਾਵਲਾ ਰਿਸ਼ਤਾ ਦੁਬਾਰਾ ਬਣਾਣ ਲਈ ਤਿਆਰ ਹੋ ਰਿਹਾ ਹੈ ਹਾਲਾਂਕਿ ਤੁਸੀਂ ਮਨਾ ਵੀ ਕੀਤਾ ਲੇਕਿਨ ਸੁਰਜੀਤ ਜੈਨੀ ਬੀਜੇਪੀ ਦੇ ਪੁਰਾਣੇ ਲੀਡਰ ਹੈ ਕਦਾਵਰ ਲੀਡਰ ਉਹ ਕਹਿੰਦਾ ਕਿ ਅਲਾਈਅንስ ਹੋਣਾ ਚਾਹੀਦਾ ਅਸੀਂ ਹਾਈ ਕਮਾਂਡ ਨੂੰ ਕਹਿ ਰਹੇ ਹਾਂ ਮੈਂ ਸੁਰਜੀਤ ਚਾਨਾ ਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਉਹਨੇ ਮੈਨੂੰ ਮਿਲੇ ਵੀ ਸੀਗਾ ਮੈਂ ਕਿਹਾ ਤੁਸੀਂ ਕਰਤਾ ਉਹ ਕਹਿੰਦਾ ਕਿ ਮੈਂ ਚਾਨਾ ਹਾਂ ਹਾਂ ਮੈਂ ਚਾਨਾ ਪਹਿਲਾਂ ਜੇ ਸੁਰਜੀਤ ਜੈਨੀ पार्टी का हाईकमांड अगर कोई हो तो मैं होरियसली ला सुरजी राणी मेरे बड़े क्लोज uh, है मैं उन्होंने बहुत रिस्पैक्ट करना देखो मैं जो चाहना या चाहना या नहीं चाहता वो गल नहीं है इस वक्त बीजेपी देश की दुनिया की सब तो तीन पोलिटिकल पार्टी है यह पार्टी दिन ब दिन एक्सपैंड कर रही है एक्सपैंड इसलिए कर रही है क्योंकि लोग समझते ने कि आ, प्रोग्राम्स है ਸਾਡੇ ਜਿਹੜੇ ਵਿਜ਼ਨ ਹੈਗਾ ਮਾਨਯੀ ਪ੍ਰਧਾਨ ਮੰਤਰੀ ਜੀ ਦਾ ਉਹ ਵਿਜ਼ਨ ਦੇਸ਼ ਵਾਸਤੇ ਚੰਗਾ ਇਸ ਲਈ ਲੋਕ ਆਣਾ ਚਾਹੁੰਦੇ ਨੇ ਅਕਾਲੀ ਦਲ ਇਸ ਵਕਤ ਕੋਲਾਪਸ ਕਰ ਰਹੀ ਪਾਤੀ ਹੈ ਮਤਲਬ ਸਰਦਾਰ ਪ੍ਰਕਾਸ਼ ਸਿੰਘ ਦੀ ਜੀ ਦੀ ਪ੍ਰਸ਼ੰਸਾ ਕਰਨੀ ਦੂਜੀ ਗੱਲ ਹੈ ਪੰਜ ਵਾਰ ਉਹ ਮੁੱਖ ਮੰਤਰੀ ਰਹੇ ਨੇ ਸਟੇਟ ਦੇ ਬੜੇ ਨੇਕ ਇਨਸਾਨ ਸੀਗੇ ਉਹਨਾਂ ਨੇ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪਰਸਨਲ ਡੀਐਨਏ ਜਾਂ ਉਹਨਾਂ ਦੀ ਪਰਸਨੈਲਿਟੀ ਉਹ ਇੱਕ ਚੀਜ਼ ਤਾਂ ਹੈ ਉਸ ਤੋਂ ਅਸੀਂ ਸਾਰੇ ਆਸ਼ੀਰਵਾਦ ਲੈਣੇ ਸੀਗੇ ਬਟ ਅਕਾਲੀ ਦਲ ਐਜ਼ ਅ ਪੋਲੀਟੀਕਲ ਪਾਰਟੀ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਉਹਨਾਂ ਦੀਆਂ ਕੁਆਲਿਟੀਆਂ ਅਗਲੀ ਜਨਰੇਸ਼ਨ ਤੱਕ ਆਈਆਂ ਨਹੀਂ ਮੈਂ ਉਸ ਡਿਬੇਟ ਹੀ ਨਹੀਂ ਪੜਿਆ ਅਕਾਲੀ ਦਲ ਐਜ਼ ਅ ਪੋਲੀਟੀਕਲ ਪਾਰਟੀ ਜਿਹਦੇ ਨਾਲ ਸਾਡਾ ਗਠਜੰਬੰਦਨ ਸੀਗਾ ਸਾਨੂੰ ਉਹ ਗਠਜੰਬੰਦਨ ਬੜਾ ਮਹਿੰਗਾ ਪਿਆ ਮਹਿੰਗਾ ਇਸ ਲਈ ਪਿਆ ਕਿ ਉਹਨਾਂ ਦੀ ਜਿਹੜੀਆਂ ਨਿੱਤਿਆ ਸੀਗਾ ਉਹ ਪੰਜਾਵਸ ਚੰਗੀਆਂ ਨਹੀਂ ਸੀਗਾ ਤੇ ਸਾਡੀ ਵੀ ਇੱਕ ਛਵੀ ਥੋੜੀ ਖਰਾਬ ਹੋਈ ਉਹ ਪਵਿੱਖ ਕੀ ਹੋਣਾ ਹੈ ਇਹ ਪਵਿੱਖ ਨੂੰ ਪਤਾ ਹੈ ਲੇਕਿਨ ਕੋਈ ਗੁੰਜਾਇਸ਼ ਹੈ ਕਿਉਂਕਿ ਐਸ ਵੇਲੇ ਵਰਕਰ ਥਲੜੇ ਲੈਵਲ ਤੇ ਉਹ ਭੰਬੜ ਭੂਸੇ ਚਾਇ ਕਿ ਦੋਸਤੀ ਰੱਖੀਏ ਦੁਸ਼ਮਣੀ ਰੱਖੀਏ ਨੇੜੇ ਰਹੀਏ ਦੂਰ ਰਹੀਏ ਕਿਉਂਕਿ ਅਕਾਲੀ ਦਲ ਵੱਲੋਂ ਵੀ ਵਿਰਸਾ ਸਿੰਘ ਵਲਟੋਹਾ ਸਕੰਦਰ ਸਿੰਘ ਮਲੂਕਾ ਉਹ ਵੀ ਕਹਿੰਦੇ-ਕਹਿੰਦੇ ਕਿ ਅਗਰ ਦੁਬਾਰਾ ਸੱਤਾ ਚਾਣਾ ਹੈ ਜਾਂ ਇਕੱਠੇ ਹੋਣਾ ਹੀ ਪਏਗਾ ਸ਼ਹਿਰ ਜਲੰਧਰ ਸ਼ਹਿਰ ਜਿਹੜਾ ਵਾ ਉਹ ਭਾਜਪੀ ਕੋਲ ਹੈ ਔਰ ਪਿੰਡ ਜਿਹੜੇ ਨੇ ਉਹ ਅਕਾਲੀ ਦਲ ਦੇ ਨਾਲ ਖੜਦੇ ਦੇਖੋ ਜੀ ਮੈਂ ਸਮਝਣਾ ਏ ਅਲਾਈਅੰਸ ਜਿਹੜੀ ਸੀਗੀ ਅਗਰ ਇਹਨੂੰ ਸ਼ਾਦੀ ਨਾਲ ਤੁਸੀਂ ਕੰਪੇਅਰ ਕਰੋ ਅਸੀਂ ਨਹੀਂ ਅਲਾਈਅੰਸ ਤੋੜਿਆ ਅਲਾਈਅੰਸ ਉਹਨਾਂ ਨੇ ਤੋੜਿਆ ਇਹਨਾਂ ਨੇ ਐਗਰੀਕਲਚਰਲ ਲਾਜ਼ ਉਹ ਜਿਹੜੇ ਕਾਨੂੰਨ ਸੀਗੇ ਉਹਨਾਂ ਦੇ ਚੱਕਰ 'ਚ ਤੋੜਿਆ ਉਹਨਾਂ ਨੇ ਮੈਂ ਕੈਬਨਿਟ ਵਿੱਚ ਮੌਜੂਦ ਸੀਗਾ ਜਦੋਂ ਬੀਬਾ ਜੀ ਨੇ ਉਹਦੀ ਤਾਰੀਫ ਕੀਤੀ ਹੈ ਇਹਨਾਂ ਨੇ ਬਾਅਦ ਵੀ ਇਹਨਾਂ ਦਾ ਸਵਾਗਤ ਕੀਤਾ ਲਾਜ਼ ਦਾ ਉਹਦੇ ਬਾਅਦ ਜੋ ਵੀ ਇਹਨਾਂ ਦੀ ਪੋਲਿਟੀਕਲ ਕੰਪਲਸਨ ਸੀਗਾ ਪਰ ਸਾਡੇ ਵਾਸਤੇ ਅੰਗਰੇਜ਼ੀ ਕਹਿੰਦੇ ਨਾ ਵੀ ਹੀਵਡ ਅ ਸਾਈ ਆਫ ਰਿਲੀਫ ਠੀਕ ਹੈ ਵੀ ਵਨ ਇਨ ਅ ਬੈਡ ਮੈਰਿਜ ਉਹਨੇ ਤੋੜੀ ਸਾਨੂੰ ਰੀਲੀਫ ਮਿਲੀ ਤੇ ਹੁਣ ਇਹ ਡਿਵੋਰਸ ਹੋਇਆ ਜਾਂ ਕਈ ਵਾਰ ਹੁੰਦਾ ਨਾ ਕਿ ਡਿਵੋਰਸ ਤੋਂ ਪਹਿਲਾਂ 6 ਮਹੀਨੇ ਦਾ ਟਾਈਮ ਹੁੰਦਾ ਨਹੀਂ ਨਹੀਂ ਇਹ ਤਾਂ ਹੋ ਗਿਆ ਖਤਮ ਹੋਇਆ ਹੁਣ ਨਾ ਦੁਬਾਰਾ ਹੋ ਸਕਦਾ ਕੋਈ ਗੁੰਜਾਇਸ਼ ਹੈ ਸੁਣ ਲਓ ਮੇਰੀ ਗੱਲ ਸੁਣ ਲਓ ਮੈਂ ਮਨੂ ਜਲੰਧਰ ਆਇਆ 8 ਦਿਨ 8ਵਾਂ ਦਿਨ ਆ ਮੇਰਾ ਨੌਨ ਸਟਾਪ ਇਥੇ ਸਵੇਰੇ ਤੋਂ ਲੈ ਕੇ ਰਾਤੀ ਤੱਕ ਮੈਂ ਲੋਕਾਂ ਨੂੰ ਮਿਲਣਾ ਮਨੂ ਕਿਸੇ ਇੱਕ ਆਦਮੀ ਨੇ ਨਹੀਂ ਕਿਹਾ ਕੀ ਜੀ ਅਕਾਲੀਸ के साथ हम जुड़ जाएं वो कह रहा है जी बहुत अच्छा है हमारे जितने ਅਸੀਂ ਸੀਗੇ ਨਹੀਂ ਸਾਡੀ ਪ੍ਰੈਜ਼ੈਂਸ ਨਹੀਂ ਸੀਗੇ ਉੱਸੀ ਉੱਤੇ ਖੜੇ ਹੋ ਰਹਿਆਂ ਉੱਥੇ ਅਸੀਂ ਵਧ ਰਹਿਆਂ ਤੇ ਜਲੰਧਰ ਚ ਜਨਾਵ ਅਸੀਂ ਜਿੱਤਾਂਗੇ ਤੇ ਕੀ ਉਹਦਾ ਕੀ ਮਤਲਬ ਹੋਏਗਾ ਕਿ ਬਹੁਤ ਗਲਤੀ ਕੀਤੀ ਸੀਗੇ ਅਸੀਂ 117 ਸੀਟਾਂ ਸਾਰੀਆਂ ਕਲੀਆਂ ਨਹੀਂ ਲੜੀਆਂ ਨਾ ਸਵਾਲ ਭਾਜਪੀ ਤੇ ਜਦੋਂ ਵਿਰੋਧੀ ਇਲਜ਼ਾਮ ਲਗਾਉਂਦੇ ਕਹਿੰਦੇ ਸਿੱਖ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਪੰਜਾਬ ਦਾ ਨੁਕਸਾਨ ਕਰਦੀ ਸਿੱਖਾਂ ਦਾ ਨੁਕਸਾਨ ਕਰਦੀ ਇਸ ਤਰੀਕੇ ਦੇ ਇਲਜ਼ਾਮ ਜਿਹੜੇ ਉਹ ਲੱਗਦੇ ਨੇ ਮੈਂ ਤੁਹਾਨੂੰ ਸ਼ਕਲ ਤੋਂ ਕੀ ਲੱਗਣਾ ਸ਼ਕਲ ਤੋਂ ਤਾਂ ਮੈਂ ਸਿੱਖ ਲੱਗਣਾ ਨਾ ਮੈਨੂੰ ਪੁੱਛਿਆ ਜਾਂਦਾ ਸਿੱਖੀ ਦੇ ਬਾਰੇ ਮੈਂ ਕਹਿੰਿਆ ਸਿੱਖੀ ਦਾ ਠਿਕਾ ਜਿਹੜਾ ਹੈ ਨਾ ਇਹ 셀ਫ ਸਰਟੀਫਿਕੇਸ਼ਨ ਇਨੀ ਹੋ ਸਕਦਾ ਮੈਂ ਬੜਾ ਵਧੀਆ ਸਿੱਖਾਂ ਉਹ ਠੀਕ ਨਹੀਂ ਹੈ ਸਿੱਖੀ ਜੋ ਹੈ ਨਾ ਗੁਰੂ ਮਹਾਰਾਜ ਦੀ ਠੀਕ ਹੈ ਤੇ ਉਹ ਜਿਹੜਾ ਸਿੱਖਿਜ਼ਮ ਇੱਕ ਸਿਰਫ ਰਿਲੀਜੀਅਨ ਨਹੀਂ ਹੈ ਇਹ ਦੁਨੀਆ ਬਾਰੇ ਇਸ ਵਨ ਆਫ ਦਾ ਮੋਸਟ ਬਿਊਟੀਫੁਲ ਇਕਵੈਲਟੇਰੀਅਨ ਰਿਲੀਜੀਅਨ ਗੁਰੂ ਮਹਾਰਾਜ ਨੇ 500 ਸਾਲ ਪਹਿਲੇ ਜੋ ਸੰਯੁਕਤ ਰਾਸ਼ਟਰ ਨੇ ਅੱਜ ਗੱਲਾਂ ਕੀਤੀਆਂ ਨੇ ਇਹ ਯੂਨ ਵੂਮਨਿਸਟ ਬੈਂਡ ਕੀਤਾ ਇਹ এনवायरमेंटਲ ਪ੍ਰੋਟੈਕਸ਼ਨ ਦੀ ਗੱਲ ਕੀਤੀ ਇਹ ਗੁਰੂ ਮਹਾਰਾਜ ਨੇ 500 ਸਾਲ ਪਹਿਲੇ ਕੀਤਾ ਸੀਗਾ ਤੇ ਉਹ ਚੀਜ਼ਾਂ ਅੱਜ ਆ ਰਹੀਆਂ ਨੇ ਠੀਕ ਹੈ ਸੰਜੀਵਾਰਤਾ ਦਾ ਭਰਾਈ ਭਾਈ ਦੇਖੋ ਕਿਸੇ ਤਰ੍ਹਾਂ ਦੇਖ ਲਓ ਸਿੱਖ ਰਿਲੀਜਨ ਗੁਰੂ ਦਾ ਲੰਗਰ ਕੋਈ ਵੱਡਾ ਛੋਟਾ ਨਹੀਂ ਹੈ ਸਾਰੇ ਬੈਠ ਕੇ ਜ਼ਮੀਨ ਤੇ ਬੈਠ ਕੇ ਕਰੋ लेकिन जेड़े जेड़े, जेड़े लोग बीजेपी पे इल्जाम ला मनुक इल्जाम लाने वाले में दसने है, कौन है साडे तो सारे साडा कोई कास्ट सिस्टम नहीं है असी सारे बराबर असी ले आया बाद ये ये डिफरेंशिएशन असी लाया तीसरी गाल जो मोस्ट इंपॉर्टेंट चीज है कि सिख कम्युनिटी ने जो कम्युनिकेशन कम्युनिटी ने देश वास्ते सैक्रिफाइसेस कीतया ने 2% साडी पॉपुलेशन ने हैगी पची परसेंट गैलेंट्री अवॉर्ड मिलते दुनिया बारे कितने लड़ाई होनी मैं सिक्योरिटी काउंसिल पता नहीं लंगर सेवा करते, पता नहीं कितों आके सर्व करते mm. देखो जी दो हजार दस च मैं जो अंबैसडर यूएसए इन सा दस्तार शिकागो या कि एयरपोर्ट ने वॉन्ट टू फील माई टर्ब मैं मना करता है ये बड़ी वेरी वेल नोन थिंग mm. मैं लॉस यू कैन नॉट टच माय टर्बन आई रिफ्यूज टू गेट ऑन द प्लेन मैं कहा, मैं अपने आप द नॉर्म ठीक है 6 साल क्योंकि मेरे लंबे बाल सके गुलाब मैर हुन मैं लोग कहते जी तूसी mm. मतलब, तो पापे हो मतलब अच्छा तो सिख कोटे तो इंटलैक्चुअल कमाल है कौन सिख है अजय बन गया वर्ल्ड बैंक ਦਾ ਪ੍ਰੈਜ਼ੀਡੈਂਟ ਉਹਨਾਂ ਦੇ ਫਾਦਰ ਸਾਹਿਬ ਲੈਫਟੇਨੈਂਟ ਜਨਰਲ ਸੀਗੇ ਆਰਮੀ ਚ ਠੀਕ ਹੈ ਇਲੈਕਟ੍ਰੀਕਲ ਮਕੈਨਿਕਲ ਇੰਜੀਨੀਅਰਸ ਅ ਚੀਫ ਸੀਗੇ ਠੀਕ ਹੈ ਜੀਪੀ ਦੇ ਖਰਾਬ ਗੱਲਾਂ ਕਰ ਰਹੇ ਨੇ ਕਿਹਨਾਂ ਨੇ ਸਪੋਰਟ ਕੀਤੀ ਹੈ ਬਾਂਗਾ ਸਾਹਿਬ ਨੇ ਕਿਸ ਨੇ ਕੀਤੀ ਉਹਨਾਂ ਦੀ ਐਜੂਕੇਸ਼ਨ ਹੈ ਵਾਟ ਇਜ਼ ਅ ਪ੍ਰਾਊਡ ਸ਼ੀ ਇਸ ਲਈ ਇਹਨਾਂ ਨੂੰ ਜਾ ਕੇ ਸੈਲਫ ਸਰਟੀਫਿਕੇਸ਼ਨ ਦੇਣਾ ਜਦੋਂ ਸਰੋਪ ਸਾਹਿਬ ਆਰ ਐਸ ਸੀਗਾ ਅਫਗਾਨਿਸਤਾਨ ਮਨੁਪ੍ਰਧਾਨ ਮੰਤਰੀ ਜੀ ਨੇ ਭੇਜਿਆ ਸੀ ਉਠਾ ਕੇ ਲਾ ਕੇ ਇਹ ਲੋਕ ਸਿੱਕੀ ਦੇ ਨਾਂ ਤੇ ਠੇਕੇਦਾਰੀ ਕਰਨਾ ਚਾਹੁੰਦੇ ਨੇ ਨਾ ਦਾ ਸ਼ਕਲ ਤੋਂ ਸਿੱਖ ਲਗਦੇ ਨਾ ਤੇ ਨਾ ਆਪਣੀਆਂ ਕਰਤੂਤਾ ਤੋਂ ਮਤਲਬ ਜਿਹੜਾ ਨਸ਼ਾ ਹਾਂ ਮੈਂ ਕਿਸੇ ਦਾ ਵੀ ਨਹੀਂ ਕਰ ਰਿਹਾ ਕਿਸੇ ਦਾ ਵੀ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦਾ ਦੇਖ ਲਓ ਕਿਸੇ ਦਾ ਕਾਂਗਰਸ ਦਾ ਦੇਖ ਲਓ ਇਹਨਾਂ ਚ ਕਿੰਨੇ ਸਿੱਖ ਹੈਗੇ ਮੈਨੂੰ ਦੱਸਣਾ ਫਿਰ ਤੇ ਕਹਿੰਨਾ ਕਿ ਅਸੀਂ ਸਿੱਖੀ ਵਿਰੋਧਾ ਬੀਜੇਪੀ ਇੱਕ ਐਸੀ ਪਾਰਟੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਹਮੇਸ਼ਾ ਔਰ ਮਾਨ ਨੇ ਮੋਦੀ ਜੀ ਨੇ 2014 ਜਿਹੜੀਆਂ ਸਾਡੀਆਂ ਡਿਮਾਂਡ ਸੀ ਇਹਨਾਂ ਨੇ ਸਾਰੀਆਂ ਪੂਰੀਆਂ ਕਹਿੰਦੇ ਬੰਦੀ ਸਿੰਘ ਰਹਾ ਕਰੋ ਐ ਜੀ ਪੀ ਸੀ ਨੇ ਵੀ ਅਮੇਸ਼ਾ ਹੋਰਾਂ ਦੇ ਸਾਹਮਣੇ ਉਸ ਦਿਨ ਮੰਗਿਆ ਉਹ ਤਾਂ ਕੀਤਾ ਉਹ ਅਫਸੋਸ ਤਾਂ ਅੰਤਿਮ ਅਰਦਾਸ ਦਾ ਮੌਕਾ ਸੀ ਉਹ ਉਹਨਾਂ ਨੂੰ ਵੀ ਪੋਲਿਟੀਕਲ ਬਣਾ ਲਿਆ ਜੋ ਕਰਨਾ ਹੈ ਉਹ ਹੋਏਗਾ ਕੇਂਦਰ ਸਰਕਾਰ ਕਰੇਗੀ ਸੁਪਰੀਮ ਕੋਰਟ ਇੱਕ ਚੀਜ਼ ਹੈ ਬਾਕੀ ਦੂਜੀਆਂ ਚੀਜ਼ਾਂ ਨੇ ਇਹਨਾਂ ਨੂੰ ਜ਼ਰਾ ਅਕਲ ਨਾਲ ਤੇ ਮੈਚਿਓਰਿਟੀ ਨਾਲ ਸਟੈਂਡ ਲੈਣਾ ਪਏਗਾ